अस्सलाम वालेकुम, मैं हूँ जहीर खान और प्रोग्राम टैलेंट है तो सामने आओ, मैं आपके सामने हाजिर हूँ। जैसा कि फ्रेंड्स, आज मैं फ़र्स्ट प्रोग्राम कर रहा हूँ और इस फर्स्ट प्रोग्राम में मैं अपने फैसलाबाद के टैलेंट को आप लोगों के सामने लेके आऊँगा, जिसे देख के आप लोग बहुत ही खुश होंगे, क्योंकि हमारे फैसलाबाद में बहुत ही टैलेंट है और बहुत ही तेज़ दिमाग के लोग यहाँ पे रहते हैं। तो आज हम किसी शॉप पे जाएंगे, किसी रेडी वाले से कोई क्वेश्चन करेंगे और कोई चलते फिरते लोगों से हम बात करेंगे, क्योंकि हमारा फैसलाबाद बहुत मशहूर है कि इनसे बात सीधे तरीके में की जाती है, ये जवाब उल्टा देते हैं, क्योंकि ये बहुत ही फ़नी किस्म के लोग होते हैं। और मैं ये चाहूँगा कि आज का फन जो है आप भी देखें और सारी दुनिया देखे। जी फ्रेंड्स, तो मैं आज आपको ये बताऊंगा कि हमारे फैसलाबाद में छोटे बच्चे से लेकर बूढ़े तक वो भी बहुत टैलेंटेड है और ये सारी दुनिया जानती है। और आज मैं अपने इस प्रोग्राम में आपको यही दिखाऊंगा कि फैसलाबाद का टैलेंट क्या क्या खूबसूरत बातें करता है। जब भी उनसे कोई बात की जाती है तो आगे से कोई नया ही हमें उनका रिप्लाई मिलता है, कोई जवाब मिलता है। तो अभी चलते हैं, देखते हैं कि कौन सा टैलेंट आज हमें मिलेगा और हमारे नेक्स्ट शो में मिलेगा। और अगर आपको हमारा ये प्रोग्राम अच्छा लगा तो आप ज़रूर कमेंट कीजिएगा, फिर मैं इस तरह के और भी प्रोग्राम बनाऊँगा। चलें, चलते हैं। जी फ्रेंड्स, अज असी इमाम बारगा चौक आए हैं, तो और इतने एक पाना वाली दुकान है, तो उन्होंने भी गल कर रहे हैं और पूछने हैं कि उन्होंने विच केड़ा ऐसा टैलेंट है जेडे उन्होंने पान इन्ने विकते ने। अस्सलाम वालेकुम जी। वालेकुम सलाम। की नाम है तुहाडा? मेरा नाम मलक सेम। मलक साहब, पाना की दुकान पाई सी? और बाजे डंगे इत्थे देखिए जी, ए गल होंदी ਇੱਥੋਂ ਪਤਾ ਲੱਗਦਾ ਕਿ ਇਨਸਾਨ ਫੈਸਲਾਬਾਦ ਦਾ ਹੈ ਵੇ ਜਾਂ ਨਹੀਂ ਹੈ। ਤੇ ਡਰੈਸਿੰਗ ਤੁਹਾਡੀ ਬੜੀ ਅੰਪਾਇਰ ਟਾਈਪ ਹੈ, ਮੈਨੂੰ ਇੰਝ ਲੱਗਿਆ ਦੂਰੋਂ ਕਿ ਜਿਵੇਂ ਕੋਈ ਸ਼੍ਰੀਲੰਕਾ ਦਾ ਅੰਪਾਇਰ ਖੜਾ। ਡਿਊਟੀ ਵੀ ਕਰ ਰਹੇ ਨਾ ਸਰਕਾਰੀ? ਅੱਛਾ, ਨਾਲ ਡਰਾਵਾ ਵੀ ਹੈ ਨਾ ਥੋੜਾ, ਮਤਲਬ ਡਿਊਟੀ ਵੀ ਕਰ ਰਹੇ। ਮੈਂ ਕਿਹਾ ਇਹ ਉਹ ਅੰਪਾਇਰ ਨੇ ਜਿਹੜੇ ਆਊਟ ਦੀ ਉਂਗਲੀ ਖੜੀ ਕਰਕੇ ਤੇ ਆਪ ਹੀ ਗਰਾਊਂਡੋਂ ਬਾਹਰ ਹੋ ਜਾਂਦੇ, ਠੀਕ ਹੈ? ਤੇ ਬਹੁਤ ਹੀ ਆਊਟ ਕਲਾਸ ਪਾਨ ਨੇ ਇਹਨਾਂ ਦੇ। ਤੇ ਮਲ ਸਾਹਿਬ, ਤੁਸੀਂ ਪਾਨ ਤੋਂ ਇਲਾਵਾ ਕੀ ਕਰਦੇ? ਪਾਨ ਤੋਂ ਇਲਾਵਾ ਸੁਬਹ ਸੁਬਹ ਸੈਰ ਕਰੀਦੀ ਹੈ। ਅੱਛਾ, ਤੇ ਫਿਰ ਢਿੱਡ ਇੰਨਾ ਬਾਹਰ ਆਇਆ? ਸੈਰ ਉਹ ਨਹੀਂ ਨਾ ਕਰੀਦੀ ਅਸੀਂ ਤੁਰਨ ਫਿਰਨ ਵਾਲੀ। ਅੱਛਾ, ਠੀਕ ਹੋ ਗਿਆ। ਤੇ ਤੁਸੀਂ ਆਪਣੇ ਇੱਥੇ ਜਿਹੜੇ ਟੈਲੈਂਟਡ ਲੋਕ ਆਉਂਦੇ ਨੇ, ਕੋਈ ਤੁਹਾਡੀ ਨਜ਼ਰ ਦੇ ਵਿੱਚ ਹੈ ਕੋਈ ਬੱਚੇ ਜਿਵੇਂ, ਜਾਂ ਬਸ ਆਪਣੇ ਸਿਰਫ ਪੈਸਿਆਂ ਲਈ ਤੁਹਾਡੀ ਨਜ਼ਰ? ਬੱਚੇ ਤਾਂ ਇੰਨਾ ਜੋ ਮੇਰਾ ਖਿਆਲ ਹੈ ਕੋਈ ਵੀ ਨਹੀਂ ਆ ਗਿਆ, ਸਾਰੇ ਓਵਰ ਏਜ ਖੜੇ ਆ। ਨਹੀਂ, ਇਹ ਛੋਟਾ ਬੱਚਾ ਹੀ ਹੈ ਕਿਹੜਾ, ਕੋਈ 60 ਸਾਲ ਦਾ ਬੰਦਾ ਖੜਾ? ਨਹੀਂ, ਇਹ ਕਾਹਦੇ ਛੋਟਾ, ਥੱਲੇ ਉਹਨੇ ਸੀਟ ਰੱਖੀ ਹੈ। ਅੱਛਾ, ਠੀਕ ਹੋ ਗਿਆ। ਤੇ ਮਲ ਸਾਹਿਬ, ਤੁਹਾਡੇ ਕੋਲ ਅਗਰ ਕੋਈ ਸਵਾਲ ਕੀਤਾ ਜਾਏ ਤਾਂ ਜਵਾਬ ਦੇ ਦੋਗੇ? ਬਾਈਜਨ, ਉਹ ਕੌਣ ਸਾ ਪਰਿੰਦਾ ਹੈ ਜੋ ਉੜ ਨਹੀਂ ਸਕਦਾ, ਤਾਂ ਆਪ ਉਸਕਾ ਕੀ ਜਵਾਬ ਦੇ? ਜਨਾਬ, ਪਰਿੰਦੇ ਦਾ ਸਾਨੂੰ ਸ਼ੌਕ ਨਹੀਂ, ਕੋਈ ਹੋਰ ਚੀਜ਼ ਦਾ ਸਵਾਲ ਕਰੋ। ਕੀ ਤੁਹਾਡੇ ਬਿੱਲੀ ਦਾ ਪੁੱਛ ਲਈਏ? ਕੋਈ ਬਿੱਲੀ ਵੀ ਨਹੀਂ ਰੱਖਦੇ। ਕੀ ਪੁੱਛੀਏ ਤੁਹਾਡੇ ਕੋਲ? ਕੋਈ ਆਪਣੀ ਮਰਜ਼ੀ ਦਾ ਦੱਸ ਦਿਓ। ਸਵਾਲ ਚੇਂਜ ਕਰਾਉਣਾ ਤੁਸੀਂ? ਪਰਿੰਦੇ ਥੱਲੇ ਕੀ ਤੁਸੀਂ ਆਪਣਾ ਕਿਰਾਏਦਾਰ ਰੱਖੇ? ਉਹ ਕਿਹੜਾ ਮੂੰਹ ਖੋਲ ਕੇ ਬੈਠੇ ਆ, ਮਾਸਕਟ ਪਈ ਆ। ਅੱਛਾ, ਠੀਕ ਹੋ ਗਿਆ। ਤੇ ਮੈਂ ਤੁਹਾਡੇ ਕੋਲ ਇੱਕ ਕੁਐਸਚਨ ਪੁੱਛਿਆ, ਉਹ ਕਿਹੜਾ ਪਰਿੰਦਾ ਹੈ ਜਿਹੜਾ ਨਹੀਂ ਉੱਡ ਸਕਦਾ? ਅਗਰ ਤੁਹਾਨੂੰ ਇਹ ਨਹੀਂ ਆਉਂਦਾ ਤੇ ਇਹ ਦੱਸ ਦਿਓ ਕਿ, ਚਲੋ ਤੁਹਾਡੇ ਕੋਲ ਚੇਂਜ ਕਰ ਲੈਂਦੇ ਹਾਂ, ਹੈ ਇਹ ਦੱਸ ਦਿਓ ਕਿ ਆਪਣਾ, ਮਤਲਬ ਤੁਸੀਂ ਪਰਿੰਦੇ ਦਾ ਵੀ ਦੱਸ ਦੇਣਾ, ਸਾਨੂੰ ਇਹਦਾ ਨਹੀਂ ਪਤਾ। ਨਹੀਂ, ਉਹ ਮੈਂ ਐਂਡ ਦੇ ਉੱਤੇ ਦੱਸਾਂਗਾ, ਉਹ ਮੈਂ ਪ੍ਰੋਗਰਾਮ ਦੇ ਐਂਡ ਤੇ ਦੱਸ ਦਿੰਦਾ, ਤੁਹਾਨੂੰ ਦੱਸਾਂਗਾ ਹਾਲੇ। ਮੈਂ ਸਭ ਲੋਕਾਂ ਕੋਲੋਂ ਇਹ ਪੁੱਛਣਾ ਕਿ ਉਹ ਕਿਹੜਾ ਪਰਿੰਦਾ ਹੈ, ਬਲਕਿ ਤੁਸੀਂ ਵੀ ਅਗਰ ਤੁਹਾਨੂੰ ਜਵਾਬ ਆਉਂਦਾ ਤਾਂ ਜ਼ਰੂਰ ਕਮੈਂਟ ਦੇ ਵਿੱਚ ਲਿਖਣਾ, ਉਹ ਕਿਹੜਾ ਪਰਿੰਦਾ ਹੈ ਜਿਹੜਾ ਨਹੀਂ ਉੱਡ ਸਕਦਾ। ਹੈ ਪਰਿੰਦਾ ਪਰ ਉੱਡ ਨਹੀਂ ਸਕਦਾ, ਠੀਕ ਹੈ? ਜਿਵੇਂ ਇਨਸਾਨ ਕਹਿੰਦਾ ਨਾ ਉਹ ਮੇਰੇ ਅੱਗੇ ਜ਼ਿਆਦਾ ਉੱਡਣਾ, ਇਸ ਤਰ੍ਹਾਂ ਦਾ ਨਹੀਂ ਕੋਈ ਕੰਮ। ਤੁਸੀਂ ਇਹ ਦੱਸਣਾ ਕਿ ਪਰਿੰਦਾ ਹੈ ਤੇ ਉੱਡ ਨਹੀਂ ਸਕਦਾ। ਨਾਲ ਉਹ ਕਿਹੜੇ ਮੁਲਕ ਦਾ ਪਰਿੰਦਾ ਵਾ? ਮੁਲਕ ਦੇ ਨਾਲ ਤੁਹਾਨੂੰ ਕੀ ਲੈਣਾ ਦੇਣਾ? ਪਰਿੰਦਾ ਲੱਭਣਾ ਅਸੀਂ ਕਿਹੜਾ? ਚਲੋ, ਪਾਕਿਸਤਾਨ ਦਾ ਹੀ ਲਾ ਲਓ। ਪਾਕਿਸਤਾਨ ਦੇ ਤਾਂ ਪਰਿੰਦਾ ਨਹੀਂ, ਸਾਰੇ ਪਰਿੰਦੇ ਉੱਡਦੇ, ਮਰੇ ਹੋਏ ਪਰਿੰਦੇ ਉੱਡਦੇ। ਨਹੀਂ, ਇਹ ਤੁਸੀਂ ਹੁਣ ਜਵਾਬ ਹੀ ਆ ਤੇ ਸੋਚ ਕੇ ਦੇਵੋ, ਤੇ ਜਾਂ ਫਿਰ ਤੁਹਾਨੂੰ ਨਹੀਂ ਆਉਂਦਾ ਤੇ ਕਹੋ ਜੀ ਮੈਂ ਹਾਰ ਗਿਆ। ਅਸੀਂ ਹਰੇ ਹੋਏ ਇਸੇ ਕਰਕੇ ਤੁਹਾਨੂੰ ਕਹਿ ਰਹੇ ਨਾ, ਪਰਿੰਦਾ ਦੱਸੋ। ਨਹੀਂ, ਪਰਿੰਦਾ ਤੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਲਓ ਜੀ, ਪਰਿੰਦਾ ਮੇਰੇ ਖਿਆਲ ਨਾਲ ਕਿਹੜਾ ਪਰਿੰਦਾ ਪੁੱਛਿਆ ਭਾਈ? ਭਾਜੀ ਤੁਸੀਂ ਕੌਣ? ਹੈ ਤੁਸੀਂ ਕੌਣ? ਮੈਂ ਅਖਤਰ ਗੌਰੀ। ਅਖਤਰ ਗੌਰੀ ਤੇ ਏਡੀ ਬੇਗੌਰੀ ਨਾ ਆ ਗਏ। ਹਾਂਜੀ, ਉਹ ਪਰਿੰਦੇ ਦਾ ਪੁੱਛਣ ਲੈ ਨਾ, ਮੈਂ ਕਿਹਾ ਮੈਂ ਦੱਸ ਦਿੰਦਾ ਭਾਈ ਨੇ ਦੱਸਣ ਦੇ ਜਾਂਦੇ ਨਾ ਪਰਿੰਦੇ ਦੇ। ਮੈਂ ਸਿਰਫ ਇੰਨਾ ਪੁੱਛਿਆ ਕਿ ਐਸਾ ਕੌਣ ਸਾ ਪਰਿੰਦਾ ਹੈ ਜੋ ਉੜ ਨਹੀਂ ਸਕਦਾ? ਮਰਿਆ ਉਹ ਪਰਿੰਦਾ ਮਰ ਗਿਆ ਤੇ ਉਹਨੂੰ ਕਿੱਥੇ ਉੱਡਣਾ? ਦੇਖਿਆ, ਇਹ ਸੀ ਜਵਾਬ। ਮਰਿਆ ਵੀ ਉੜ ਪੈਂਦਾ ਜਾਂ ਨਸ਼ੇ 'ਚ ਹੋਵੇ ਤੇ? ਉਹ ਮਰਿਆ ਨਹੀਂ, ਉਹ ਕੇਚਲਾ ਹੋਇਆ ਹੁਣ। ਵਾਹ ਜੀ ਵਾਹ, ਇਹਨਾਂ ਨੇ ਜਵਾਬ ਬਹੁਤ ਹੀ ਆਊਟ ਕਲਾਸ ਦਿੱਤਾ ਔਰ ਇਮਾਨ ਨਾਲ ਜਿੱਡੀ ਇਹ ਬੇਗੌਰੀ ਨਾਲ ਵਾਕਈ ਆਈ। ਗੌਰੀ ਸਾਹਿਬ ਤੁਹਾਡਾ ਨਾਮ? ਹਾਂਜੀ। ਤੇ ਬੜਾ ਅੱਛਾ ਲੱਗਾ ਮੈਨੂੰ, ਤੇ ਇੰਝ ਹੀ ਲੱਗਾ ਕਿ ਜਿਵੇਂ ਕੋਈ ਰੂਹ ਜਿਹੀ ਆ ਗਈ ਹੈ ਔਰ ਰੂਹ ਸਿਆਹ ਹੋਈ ਹੈ ਭਾਜੀ। ਹਾਂਜੀ ਸਰ, ਮੈਂ ਕਿਹਾ ਤੁਸੀਂ ਇੱਕ ਸਾਜ ਬੋਤਲ ਪੀਤੀ? ਇੱਕ ਸਾਜ ਇੰਨੀ ਕੀ ਸੀ? ਨਹੀਂ, ਅੱਛਾ ਮੈਨੂੰ ਇਹ ਗੱਲ ਦੱਸੋ
के तुहानू गाना गाना आंदा जी की आंदा ताडे च केड़ा ऐसा टैलेंट की नाम है भाई ताडा वसीम अब्बास वसीम अब्बास साहब की करदे हो दौड़ बहुत अच्छी लाने या लतीफा बड़ा अच्छा सुना दें या जड़ी भी तुहाडे च कोई ऐसी खसूसियात समझते हो कि भाई मेरे च बड़ी खसूसियात है कुड़ी बड़ी जल्दी फसा लैंदे अच्छा कुड़ी बड़ी जल्दी फसा लैंदे ते फिर तुसी लितर भी उन्नी जल्दी खांदे होणे खांदे नहीं कदी अच्छा बस फिर ओह पैण वाली है इसी तरह ए जिहड़ी ना गल कोई पूरी दुनिया देखण दई हुण तुहानू वड़न नहीं देणा दिल करे तुहाडे घर वाले तुहानू बाहर कढ़ देण कुड़ी पसंद पसंद तुसी आपस जो लो जी फ्रेंड्स सानू एक होर बंदा मिलिया और मैनूं लग रहा है कि इस बंदे च भी बड़ा टैलेंट है या टैलेंट है या पता नहीं की हुण देख लैणे उहदे कोल पुछ के अस्सलाम वालेकुम जी वालेकुम अस्सलाम की नाम तुहाडा आसफ अली उच्ची बोलो तो ट्रिप लगी आसफ अली उच्ची थोड़ा जा होर बोल पो आसफ अली भाई जी होर तुहानू गिरेबान तो फड़ लैणे इन्ना ही उच्चा बोल सकदे आसफ अली आसफ अली ठीक है तुहाडा शनाख्ती कार्ड नहीं बनाउणा बार बार दस्सी जांगे अच्छा मैनूं इह दस्सो कि तुहाडे च कोई ऐसा टैलेंट है कोई गाना आंदा कोई अपना बजाना आंदा मतलब मार कुटाई कोई तुहानू ऐसी कोई हरकत आउंदी कि जिहनूं देख के लोक बड़ा इंजॉय करन क्योंकि तुहाडा प्रोग्राम देखिया जा रहा सानू तो गाने तो नहीं आंदा किसी तो एम ही कुछ गल्लां बातां फुल बैठे रही जा वा अच्छी गुस्तगू वड्डियां नाल लागे बह के अच्छा वड्डियां दीआं गल्लां यानी चोरी करदे रहिंदे हां जी वड्डियां दीआं गल्लां जी बस अच्छा चल तुहाडे कोल इक सवाल पुछदे आं एक हाथी है ते ओह नहर च डिग गया ओह किस तरह निकलेगा बाहर एक हाथी है नहर च डिग गया हां जी नहर च डिग गया ओहनू इही आ ते क्रेन नाल बाहर कढ लो नहीं ये जवाब नहीं है जरा सही जवाब ना मैं पता हूँ सोच के दसना यदि फौरन ही ना दस दो कि हाथी जल्दी जल्दी निकल ही गया मतलब डिगे डिगे में भी टाइम लगता कोई ये नहीं कि वो फौरन ही डिग जाता राम राम ने डिगे ना निकलता भी टाइम लग गया वो सोच के दस यही है जो हाथी थले अपना पानी च डिग जाता ओनू फिर यही है कोई ना कोई कोई चीज लिया के बाहर करना पैदा उदा तो निकल नहीं सकता चीज केड़ी होनी चाहिए चीज यही है क्रेन ना बाहर आ सके समझ तो तुम्हारी सुई क्रेन से ही अटकी होर कोई चीज दुनिया की चीज़ नहीं बड़ी हाथी क्ढन ली कोई फिर भी सोच लवो कि कोई बेलचे ना क्ढ ली हाथी या कोई प्लास्टिक का हाथी थोड़ी डिगे मतलब हाथी सही डिगे जरा सही होंगे और हाथी तो यही है अच्छे देखा जो चलो किसी होर को पूछ लें इन्हों को हाथी नहीं निकलिया लो ये एक भाई साढ़े होर मिल गए भाई जान कोई डरने वाली गल नहीं कोई तुम्हें ट्रिप नहीं लानी सुन लो पहले तुसी तो इंज घबरा गए जिवें मैं तुहानू पोलियो दे कतरे पियाना आया क्यों जी तुहाडे कोल सिर्फ एक सवाल पुछना छोटा जिहा क्योंकि साडे फैसलाबाद दे लोग बड़े टैलेंटेड है उस बारे सवाल पुछना कि एक हाथी है ते ओह नहर च डिग गया ते ओहनू किस तरह कढ़ना हाथी नहर च डिग गया सुक्की नहर के नहीं नहीं नहर जिहदा नाम ही नहर है ओह सुक्की भी हो सकदी पर टाइम पानी नहीं भी हुंदा अच्छा चलो गिल्ली नहर च गए दियो गिल्ली नहर च हां हाथी डिग गया ते ओहनू किस तरह कढ़ना हाथी नू गाटी पालो डोर बन गाटी छुट के नहीं नहीं मतलब हाथ तुसी मैं हाथ दी गल नहीं कर रहा कि गाटी पा के बाहर कर लो हाथी दी गल देखे ना एलीफेंट जी हाँ जी ओदी गल हो रही नहीं 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 पता चलिया लो जी इन्हें लगता हाथी कड़न की कोशिश की पट्टी भी हुई है देखो ना भाई इधर आ जाओ डरना नहीं यार क्वेश्चन भाई बस करोना है ना इसलिए कह दिया सवाल तुम सुन लिया कि हाथी जरा नहर च डिग गया तो ओनू हूँ असं किस तरह कढ़ना ओनू किस तरह कढ़ना यारा भाई वालों फोन कर हाथी का ऑपरेशन नहीं करना आहो जख्मी हाथी बहुत अच्छी गल ऑपरेशन नहीं होता होया ओनू बाहर कढ़ना बेचारे नू जिंदा बाहर करना वा कोई नहीं पर असी बन लेंगे लत्तां नू खिंच लैंदे बाहर तुहाडा हाले तक जवाब जिहड़ा ना ओह गलत है जदों सही होगा ना मैं तुहाडे लई तालियां भी जिहड़ा ना सब कुछ वजावांगा इसी सोच के जवाब दिओ हाथी वड्डी चीज डिगी कोई छोटी कीड़ी तां नहीं डिगी कि तुसी जल्दी कहोगे रुढ़ गई हाथी डिगा हाथी तुसी सुन लिया ना कि हाथी विच डिग गया लागे खड़ा होना ना किस तरह कढ़ना पट्ठे खांदा ना तुहाडा हाथी खांदा होना नाजरीन तुसी देखिया कि किड्डे अच्छे और किड्डे सुलझे लोग फैसलाबाद के ठीक है पर उन्होंने हाथी नहीं कढ़ना आउंदे कैसी गल है
इस टाइम अगर किसी तो कीड़े कटने होंगे तो उन्होंने 100 कट देने पर हाथ ही नहीं निकल रहा उनको, पर अज असी हाथी कटा के छड़। लो जी मां साहब एक सवाल है कि हाथी जड़ा वो नहर च डिग गया तो वह किस तरह कटा गए सी? नहर कभी डी टैप वाली लाहौर वाली है और डिगा डी टैप तो निकलना उन्हें लाहौरों हूँ निकलना किस तरह उन्हें? वो इदा जनाब असं पट्ठे मोटे तो रल लेने अभी बहर आए हाथी नहर च डिग पाया तो वह बहर किस तरह निकलेगा? हाथी नहर च डिग गया निकलेगा किस तरह? चौबली नहर च जी चौबली नहर जड़ी काली चलो हुज ला लो गल सुना के निकल सकता भाई जान हाथी है कोई बंदा नहीं है सुनते भी है नहीं तो मेरी गल नहीं समझी ਤੁਸੀਂ ਇਹਨੂੰ ਬਿਆਨ ਇਸ ਤਰ੍ਹਾਂ ਕਰਨਾ ਕਿ ਜਿੰਨੇ ਵੀ ਲੋਕ ਇਸ ਟਾਈਮ ਖੜੇ ਨਾ ਉਹਨਾਂ ਨੂੰ ਸਮਝ ਲੱਗ ਜਾਵੇ ਕਿਉਂਕਿ ਇਹਦਾ ਜਵਾਬ ਮੇਰੇ ਕੋਲ ਆਇਆ ਉਹ ਤੁਹਾਨੂੰ ਮੈਂ ਦੱਸਾਂਗਾ ਵੀ ਠੀਕ ਹੈ ਲੇਕਿਨ ਤੁਸੀਂ ਮੈਂ ਫਿਰ ਵੀ ਮੈਂ ਚਾਹ ਰਿਹਾ ਕਿ ਸਮਝਦਾਰ ਲੋਕ ਹੈ ਲੋਕ ਕਹਿਣਗੇ ਕਿ ਯਾਰ ਫੈਸਲਾਬਾਦ ਦੇ ਲੋਕ ਔਰ ਇਲਾਕਾ ਐਸਾ ਬਰੀਕ ਔਰ ਉਹ ਉਹਨਾਂ ਕੋਲ ਹੱਥ ਨਹੀਂ ਨਿਕਲਣ ਡਿਆ ਤੇ ਤੁਸੀਂ ਕੌਣ ਹੋ ਲੋਕਾਂ ਨੂੰ ਦੱਸ ਦਿਓ ਤੁਸੀਂ ਨਹੀਂ ਮੈਂ ਤਾਂ ਦੱਸ ਹੀ ਦੇਵਾਂਗਾ ਮੇਰੇ ਪ੍ਰੋਗਰਾਮ ਕਰਨ ਦਾ ਮਕਸਦ ਇਹ ਹੈ ਕਿ ਮੈਂ ਤੁਹਾਨੂੰ ਦੱਸਣ ਡਿਆ ਲੋਕਾਂ ਨੂੰ ਤਾਂ ਪਤਾ ਕਿ ਯਾਰ ਇਹ ਬੰਦਾ ਬਰੀਕ ਹੈ ਇਹਨੂੰ ਤਾਂ ਪਤਾ ਵੀ ਜਵਾਬ ਦਾ ਲੇਕਿਨ ਹੁਣ ਦੇਖੋ ਨਾ ਜਿੰਨੀਆਂ ਤਾਰੀਫਾਂ ਇਸ ਇਲਾਕੇ ਦੇ ਬਾਰੇ 'ਚ ਹੋਈਆਂ ਅਮਲ ਸਾਹਿਬ ਨੇ ਐਡੀਆਂ ਸੋਹਣੀਆਂ ਗੱਲਾਂ ਕੀਤੀਆਂ ਐਪਾ ਇੰਨੇ ਆਪਣੇ ਇੱਕ ਗੋਰੀ ਸਾਹਿਬ ਆਏ ਸੀ ਉਹਨਾਂ ਨੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਇਸ ਲਈ ਤੁਹਾਨੂੰ ਮੈਂ ਚੂਜ਼ ਕੀਤਾ ਕਿ ਯਾਰ ਤੁਹਾਡੇ ਕੋਈ ਪੁੱਛਿਆ ਜਾਏ ਕਿ ਹਾਥੀ ਕਿੱਸਾ ਮਾਰ ਨਿਕਲੇ ਉਹਨੂੰ ਮਾਦੀ ਦਿਖਾ ਕੇ ਹੈ ਮਾਦੀ ਦਿਖਾ ਕੇ ਕੀ ਦਿਖਾ ਕੇ ਮਾਦੀ ਮਾਦੀ ਨਰ ਮਾਦੀ ਅੱਛਾ ਵਾਹ 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 ਉਹਨੂੰ ਹੱਥਣੀ ਦਿਖਾ ਕੇ ਓਏ ਹੋ ਯਾਨੀ ਕਿ ਹਾਥੀ ਆਪਣੇ ਹੱਥਾਂ 'ਚ ਕਰ ਲੇਗਾ ਜਾਂ ਉਹ ਹੱਥਣੀ ਜਿਹੜੀ ਹੈ ਉਹਨੂੰ ਆਪਣੇ ਹੱਥਾਂ 'ਚ ਕਰਕੇ ਉਹਨੂੰ ਬਾਹਰ ਕਰ ਵਾਹ ਜੀ ਵਾਹ ਬਾਈ ਲਈ ਵਾਸਤੇ ਬਹੁਤ ਜ਼ਿਆਦਾ ਤਾਲੀਆਂ ਤੁਸੀਂ ਬਿਲਕੁਲ ਨਹੀਂ ਮਾਰਨੀਆਂ ਕੋਈ ਹਾਲੇ ਤੱਕ ਇਹਨਾਂ ਦਾ ਜਵਾਬ ਜਿਹੜਾ ਨਾ ਉਹ ਸਹੀ ਨਹੀਂ ਕੋਈ ਹੋਰ ਨਵਾਂ ਕੋਈ ਤੁਸੀਂ ਵੀ ਨਹਿਰ 'ਚ ਕੱਢ ਲਓ ਨਾ ਨਹਿਰ 'ਚ ਵੀ ਸੁੱਟਿਆ ਹਾਥੀ ਜਿਹੜਾ ਉਹ ਨਹਿਰ 'ਚ ਡਿੱਗ ਪਿਆ ਅਤੇ ਉਹਨੂੰ ਉਹ ਕਿਸ ਤਰ੍ਹਾਂ ਬਾਹਰ ਨਿਕਲੇਗਾ ਤਕਰੀਬਨ ਕਿਸ ਤਰ੍ਹਾਂ ਬਾਹਰ ਨਿਕਲੇਗਾ ਹਾਥੀ ਸੁਣਨ ਦੇ ਨਾਲ ਪਹਿਲੇ ਪਾਣੀ ਬਾਹਰ ਕੱਢੇਗਾ ਤਕਰੀਬਨ ਇੱਦਾਂ ਹੀ ਉਸ ਤੋਂ ਬਾਅਦ ਜਗ੍ਹਾ ਖਾਲੀ ਹੋਏਗੀ ਓਏ ਹੋਏ 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 ਅੱਛਾ ਅਤੇ ਹਾਥੀ ਵਿੱਚ ਹੀ ਰਹਿਣਾ ਬਾਹਰ ਨਹੀਂ ਆਉਣਾ ਯਾਨੀ ਕਿ ਹਾਥੀ ਨੂੰ ਆਦਤ ਪੈ ਗਈ ਵਿੱਚ ਰਹਿਣ ਇਹ ਤਾਂ ਹੁਣ ਉਹਨੂੰ ਪਤਾ ਹੋਣਾ ਯਾਰ ਕਿਆ ਖੂਬਸੂਰਤ ਗੱਲ ਯਾਰ ਓਏ ਹੋ ਹੋ ਕਿ ਹਾਥੀ ਨੇ ਸੁੰਡ ਨਾ ਆਪਣਾ ਸਾਰਾ ਪਾਣੀ ਨਹਿਰ ਦਾ ਬਾਹਰ ਸੁੱਟ ਦੇਣਾ ਐਸਾ ਜ਼ਹੀਨ ਆਦਮੀ ਨੇ ਮੈਂ ਦੇਖਿਆ ਮੇਰੀ ਤਸਵੀਰ ਇਹਦੇ ਨਾਲ ਹੋਣੀ ਚਾਹੀਦੀ ਭਾਈ ਹਾਥੀ ਨਿਕਲਿਆ जी फ्रेंड्स देखा आपने हमने किन कितने लोगों से बात की है और पंजाबी में भी बात की है और उन्हीं के स्टाइल में बात की है जिस तरह की फैसलाबाद की वो बोलचाल है तो अब हम थोड़ा चेंज भी करते हैं कोई बीच में अच्छी अच्छी बातें के और लोगों को भी अपने साथ लेके आते हैं तो यहाँ पे हम आए हैं सुल्तानी ये है नाश्ता पॉइंट तो यहाँ के जो इधर बैठे हुए थे आप बैठ जाएं खड़े क्यों जी मैं तराना पढ़ रहे हैं ठीक है बैठ जाओ लो जी असी इन्होंने को भी कुछ पूछने हैं कि इन्होंने माशाल्लाह अपना पेट कैसा किया होया खाना खा खा के और शायद अद्धी रोटी तो आप ही खा जाते होने लेकिन फिर भी पूछने हैं अस्सलाम वालेकुम जी वालेकुम सलाम की नाम जी तुहाडा मोहम्मद खलील मोहम्मद खलील साहब तुसी की करदे थे सर मैं यहाँ पे इधर कैश पे होता हूँ अच्छा यानी कि कैश पे भी होते हैं और बाद में ऐश पे भी होते हैं जो वेरी गुड बहुत ज़बरदस्त हो गया तो अगर तुहाडे को कोई क्वेश्चन कोई सवाल किया जाए तो तुसी उहदा जवाब दे सकते हो जी सर अच्छा मैनू तो वैसे बड़े समझदार जे लग रहे हैं क्योंकि परसनैलिटी भी इन्हों की यो जी है ढिड इन्हों का एवं नहीं वड्डा होया लग रहा ढिड च काफ़ी गल्लां ने और अज गल्लां जिहड़ियां ने इन्हों के ढिड चो असीं बाहर कढवाउणियां ने तुहाडे को एक छोटा जिहा क्वेश्चन करना जे कोई और क्वेश्चन भी इन्हों के टाइप का ही है यह कैसी मज़ेदार गल है क्वेश्चन ये कि हाथी है तो वह नहर च डिग पिया है तो किस तरह बाहर निकलेगा ये तो हम आप दोनों भरा मिल के कढ़ांगे कुछ ना कुछ करके नहीं है असं पिछों भी कढ़वाते हैं हाले तक तो किसी को निकलिया नहीं फिर भी एक सेंस होंगी ना जल्दी जल्दी जवाब नहीं देना सोचना पूरा सोचना कि हाथी तो डिग गए नहर च तो उन्होंने कढ़ना किस तरह ये तो हम कह लो कि बैठ के भरा सोचते हैं अच्छा तो फिर कोई नहीं मेरे कहने का मकसद है कि कोई जेन च गल आती ना कि यार मेरा कोई हाथी डिग जाए कोई बंदे की अपनी यानी चीज डिगी हो तो कढ़न लई बंदा फौरन छलांग मार दिंदा हुण हाथी डिग गया तो कोई कढ़न नहीं डिग्या तुसीं यही सोचना कि तुहाडा अपने हाथी डिग्या
ਹੁਣ ਇੰਨੀ ਕਪੈਸਿਟੀ ਨਹੀਂ ਨਾ ਹੈ ਮੈਂ ਆਪ ਲਾਂਗਾ ਆਪਣੇ ਆਪ ਨੂੰ ਜਾਂ ਹਾਥੀ ਨੂੰ ਨਹੀਂ ਤੁਸੀਂ ਸਿਰਫ ਇਹ ਦੱਸਣਾ ਕਿ ਹਾਥੀ ਨਿਕਲੇਗਾ ਕਿਸ ਤਰ੍ਹਾਂ ਕੁਛ ਕਹਿੰਦੇ ਹੋ ਕੋਈ ਕਿ ਬਈ ਰੱਸੀ ਦੇ ਨਾਲ ਨਿਕਲੇਗਾ ਕਰੇਨ ਨਾਲ ਨਿਕਲੇਗਾ ਆਪਣਾ ਕੋਈ ਟ੍ਰੇਨ ਨਾਲ ਨਿਕਲੇਗਾ ਕੁਛ ਤੇ ਦੱਸੋ ਤੁਸੀਂ ਬਿਲਕੁਲ ਹੀ ਚੁੱਪ ਕਰ ਗਏ ਇਹ ਤੇ ਕਰੇਨ ਦੇ ਨਾਲ ਹੀ ਹੈ ਕੁਝ ਹੱਲ ਕੱਢ ਸਕਦੇ ਆ ਆਪਾਂ ਜਾਂ ਫਿਰ 11 ਬਾਈ ਵਾਲਿਆਂ ਨੂੰ ਬੁਲਾ ਲਾਂਗੇ ਅੱਛਾ ਲੋ ਜੀ 11 ਬਾਈ ਵਾਲਿਆਂ ਨੂੰ ਬੁਲਾਣਗੇ ਤੇ ਫੇਰ ਹਾਥੀ ਨਿਕਲੇਗਾ ਲੋ ਜੀ ਇੱਕ ਹੋਰ ਬੰਦੇ ਸਾਡੇ ਕੋਲ ਖੜੇ ਨੇ ਔਰ ਇਹ ਜਿੰਨੀ ਕਿ ਉਹਨਾਂ ਨੇ ਇਮਾਨਾ ਡੇਂਜਰਸ ਸ਼ਕਲ ਬਣਾਈ ਨਾ ਬਲੀਵ ਕਰੋਗੇ ਕਿ ਮੈਂ ਪਹਿਲੇ ਡਰ ਗਿਆ ਜੀ ਲੇਕਿਨ ਉਹ ਫਿਰ ਹਾਂ ਦੇਖਿਆ ਗੁਫ਼ਤਗੂ ਕਰੋ ਨਾ ਥੋੜੀ ਜਿਹੀ ਹਾਥੀ ਜਿਹੜਾ ਉਹ ਨਹਿਰ 'ਚ ਡਿੱਗ ਗਿਆ ਤੇ ਉਹਨੂੰ ਉਹ ਕਿਸ ਤਰ੍ਹਾਂ ਬਾਹਰ ਨਿਕਲੇ ਨਹਿਰ ਸੁੱਕੇਗੀ ਤੇ ਆਪ ਹੀ ਨਿਕਲ ਜਾਏਗਾ ਹਾਂ 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 ਯਾਰ ਕੀ ਕਹਿੰਦੇ ਨਹਿਰ ਯਾਨੀ ਕਿ ਜਦੋਂ ਕਦੀ ਸੁੱਕੀ ਉਦੋਂ ਹਾਥੀ ਬਾਹਰ ਨਿਕਲੇਗਾ ਫਿਰ ਉਹ ਸਾਡਾ ਤੇ ਨਹੀਂ ਫਿਰ ਉਹਦੀਆਂ ਹੱਡੀਆਂ ਨਿਕਲਣਗੀਆਂ ਇੰਨੀ ਦੇਰ ਤੱਕ ਤੇ ਨਹੀਂ ਨਾ ਤੁਸੀਂ ਇਸ ਤਰ੍ਹਾਂ ਦੱਸੋ ਕਿ ਉਹਦਾ ਕੋਈ ਇਹੋ ਜਿਹਾ ਸੋਲੂਸ਼ਨ ਦੱਸੋ ਯਾਨੀ ਕਿ ਕੋਈ ਈਜ਼ੀ ਗੱਲ ਦੱਸੋ ਕਿ ਯਾਰ ਹਾਥੀ ਇਸ ਤਰ੍ਹਾਂ ਤੇ ਇੰਜ ਕਰਕੇ ਉਹਨੂੰ ਅਸੀਂ ਬਾਹਰ ਕੱਢ ਲਾਂ ਕਰੇਨ ਦੇ ਜ਼ਰੀਏ ਬਾਹਰ ਨਿਕਲੇਗਾ ਔਰ ਉਸ ਇਲਾਵਾ ਤੁਸੀਂ ਕੱਢ ਸਕਦੇ ਫਿਰ ਨਹੀਂ ਕਰੇਨ ਦੇ ਜ਼ਰੀਏ ਨਹੀਂ ਅੱਛਾ ਇਹ ਕਿਸੇ ਗੱਲ ਸ਼ੁਗਲ ਦੀ ਗੱਲ ਨਹੀਂ ਇਹ ਸੱਚੀ ਮੁੱਚੀ ਹਾਥੀ ਡਿੱਗ ਪਿਆ ਇੱਕ ਜਗ੍ਹਾ ਤੇ ਉਹ ਨਿਕਲ ਵੀ ਆਇਆ ਬਾਹਰ ਲੇਕਿਨ ਲੋਕਾਂ ਨੇ ਕਿਹਾ ਕਿ ਯਾਰ ਇਹ ਨਿਕਲਿਆ ਕਿਸ ਤਰ੍ਹਾਂ ਉਹ ਫਿਰ ਬਾਅਦ ਚੋਂ ਪਤਾ ਚੱਲਿਆ ਕਿ ਇਸ ਤਰ੍ਹਾਂ ਨਿਕਲਿਆ ਉਹ ਜਿਵੇਂ ਨਿਕਲਿਆ ਉਹ ਮੈਨੂੰ ਪਤਾ ਹੁਣ ਤੁਹਾਨੂੰ ਇਹ ਪੁੱਛ ਰਿਹਾ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਨਿਕਲਿਆ ਤੁਸੀਂ ਕਰੇਨ ਹੀ ਕਹੀ ਜਾਣਦੇ ਵਾਰ ਵਾਰ ਕੋਈ ਹੋਰ ਵੀ ਕੋਈ ਚੀਜ਼ ਹਾਥੀ ਨੂੰ ਕੱਢ ਸਕਦੀ ਹੈ ਉਹ ਵੀ ਦੱਸੋ ਨਾ ਕੋਈ ਆਪਣੇ ਜ਼ਿਹਨ 'ਚ ਲਿਆਓ ਉਹ ਮਰ ਜਾਂਦਾ ਪਾਣੀ ਨਾਲ ਪਾਣੀ ਬਾਹਰ ਛੱਡ ਦਿੰਦਾ ਆਹਾ ਯਾਰ ਐਸਾ ਜ਼ਹੀਨ ਇਨਸਾਨ ਉਹ ਐਸਾ ਜ਼ਹੀਨ ਇਨਸਾਨ ਕਿ ਉਹ ਮਰ ਜਾਂਦਾ ਤੇ ਪਾਣੀ ਉਹਨੂੰ ਬਾਹਰ ਕੱਢ ਦਿੰਦਾ ਘੱਟ ਇਨਸਾਨ ਪੈਦਾ ਹੁੰਦੇ ਇਹੋ ਜਿਹੇ ਫਰੈਂਡਸ ਇਹ ਜਿਹੜਾ ਨਾ ਐਂਡ ਹੋ ਗਿਆ ਇਹਨਾਂ ਦਾ ਵੀ ਐਂਡ ਹੋ ਗਿਆ ਅੱਗੇ ਚੱਲ ਸੋਚਿਆ ਇੰਨਾ ਸੋਚਿਆ ਕਿ ਉਹ ਹਾਥੀ ਕੱਢਣ ਵਾਲੇ ਵੀ ਆ ਗਏ ਭਾਈ ਨਾਲ ਗੱਲ ਕਰ ਰਹੇ ਅਸਲਾਮ ਵਾਲੇਕਮ ਭਾਈ ਭਾਈਆਂ ਤੁਸੀਂ ਐਂ ਲੱਗਣਾ ਜਿਵੇਂ ਘਰ 'ਚ ਝਾਤੀ ਮਾਰਨ ਨਹੀਂ ਨਹੀਂ ਮਤਲਬ ਕੀ ਏਦਾਂ ਦੇ ਕੰਮ ਮਤਲਬ ਕੀ ਮੈਂ ਵਾਲ ਪੁੱਟਣੇ ਤੁਹਾਡੇ ਮਤਲਬ ਸਿਰਫ ਹਾਥੀ ਦਾ ਹੀ ਪੁੱਛਿਆ ਭਾਈ ਆ ਕਿ ਹਾਥੀ ਨਹਿਰ 'ਚ ਡਿੱਗ ਗਿਆ ਵਿਚਾਰਾ ਹਾਏ ਹਾਏ ਹਾਥੀ ਨਹਿਰ 'ਚ ਵਿਚਾਰਾ ਡਿੱਗ ਗਿਆ ਭਾਈ ਨਾ ਹੈ ਉਹਨੂੰ ਹੁਣ ਕੱਢਣ ਦੀ ਦੇਖੋ ਕੋਈ ਨਹੀਂ ਆ ਰਿਹਾ ਸਿਰਫ ਇੱਦਾਂ ਪੁੱਛਿਆ ਕਿ ਹਾਥੀ ਜਿਹੜਾ ਨਹਿਰ 'ਚ ਡਿੱਗ ਗਿਆ ਉਹ ਕਿਸ ਤਰ੍ਹਾਂ ਬਾਹਰ ਨਿਕਲੇਗਾ ਸਿਰਫ ਇੰਨਾ ਜਵਾਬ ਨਹੀਂ ਦੇ ਸਕਦੇ ਹਾਥੀ ਦੀ ਬੁੱਢੀ ਕੱਢ ਲੂ ਵਾਹ 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 ਹਾਥੀ ਦੀ ਬੁੱਢੀ ਕੱਢ ਲੂਗੀ ਇਹੋ ਜਿਹਾ ਕੰਮ ਭਾਈ ਬੁੱਢੀ ਕਰ ਸਕਦੀ ਲਓ ਜੀ ਇੱਕ ਭਾਈ ਇੱਕ ਜਿਹੜਾ ਨਾ ਮੈਨੂੰ ਕੋਈ ਬੜਾ ਹੀ ਕਾਰੀਗਰ ਜਿਹਾ ਕੋਈ ਇਨਸਾਨ ਲੱਗ ਰਿਹਾ ਤੇ ਮੈਨੂੰ ਲੱਗ ਰਿਹਾ ਕਿ ਇਹ ਕੋਈ ਐਸੀ ਕੋਈ ਮਸ਼ੀਨ ਤਿਆਰ ਕਰ ਰਿਹਾ ਕਿ ਜਿਹਦੇ ਨਾਲ ਹਾਥੀ ਬਾਹਰ ਨਿਕਲ ਆਏਗਾ ਤੇ ਅਸਲਾਮ ਵਾਲੇਕਮ ਭਾਈ ਜਾਨ ਭਾਈ ਜਾਨ ਕੀ ਕਰ ਰਹੇ ਹੋ ਟਾਇਰ ਖੋਲ ਰਹੇ ਇਹ ਗੱਡੀ ਹੈ ਨਹੀਂ ਫਟਾ ਅੱਛਾ ਫਟੇ ਦੇ ਟਾਇਰ ਹੈ ਵਾਹ 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 ਅਸੀਂ ਇੱਕ ਕੁਐਸਚਨ ਸਭ ਕੋ ਕੀਤਾ ਸਵਾਲ ਯਾਨੀ ਕਿ ਅਸੀਂ ਸਭ ਦੇ ਕੋਲੋਂ ਕੀਤਾ ਕਿ ਜੀ ਇੱਕ ਹਾਥੀ ਹੈ ਤੇ ਉਹ ਵਿਚਾਰਾ ਡਿੱਗ ਗਿਆ ਨਹਿਰ 'ਚ ਤੇ ਹਾਥੀ ਨਹਿਰ 'ਚ ਡਿੱਗਿਆ ਤੇ ਉਹ ਕਿਸ ਤਰ੍ਹਾਂ ਬਾਹਰ ਨਿਕਲੇਗਾ ਇਸ ਤਰ੍ਹਾਂ ਬਾਹਰ ਨਿਕਲੇਗਾ ਜੇ ਨਹਿਰ ਸੁੱਕੇਗੀ ਉਸ ਤਰ੍ਹਾਂ ਨਿਕਲੇਗਾ ਨਹੀਂ ਨਹਿਰ ਤੇ ਨਹੀਂ ਨਾ ਹੁਣ ਉਹ ਤੇ ਹਾਥੀ ਉਹਨੇ ਤੱਕ ਮਰ ਜਾਏਗਾ ਯਾਨੀ ਕਿ ਉਹ ਨਿਕਲੇਗਾ ਵੀ ਜਿਹੜਾ ਨਾ ਉਹ ਜ਼ਿੰਦਾ ਹੀ ਨਿਕਲੇਗਾ ਨਹੀਂ ਨਿਕਲਿਆ ਫੇਰ ਕਰੇਨ ਨਾ ਨਿਕਲ ਸਕਦਾ ਲਓ ਜੀ ਸਾਰੇ ਕਰੇਨ ਦੇ ਪਿੱਛੇ ਪਏ ਨੇ ਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਹਾਥੀ ਕਿਸ ਤਰ੍ਹਾਂ ਬਾਹਰ ਨਿਕਲੇਗਾ ਇਸ ਗੱਲ ਦਾ ਜਵਾਬ ਜਿਹੜਾ ਉਹ ਮੇਰੇ ਕੋਲ ਹੈ ਵੀ ਔਰ ਮੈਂ ਤੁਹਾਨੂੰ ਐਂਡ ਤੇ ਦੱਸਾਂਗਾ ਦੋਸਤੋ ਲੇਕਿਨ ਉਸ ਤੋਂ ਪਹਿਲੇ ਮੈਂ ਹਾਲੇ ਹੋਰ ਜਿਹੜੇ ਲੋਕਾਂ ਕੋਲੋਂ ਪੁੱਛਾਂਗਾ ਕਿ ਹਾਥੀ ਕਿਸ ਤਰ੍ਹਾਂ ਮੈਨੂੰ ਬਾਹਰ ਇੱਕ ਹੋਰ ਲੋਕ ਨਜ਼ਰ ਆ ਰਹੇ ਨੇ ਚਲੋ ਉਹਨਾਂ ਦੇ ਕੋਲ ਵੀ ਚੱਲ ਲਏ ਅਸਲਾਮ ਵਾਲੇਕਮ ਭਜਨ ਕੀ ਹਾਲ ਚਾਲ ਹੈ ਠੀਕ ਹੋ ਕੀ ਕਰ ਰਹੇ ਜੇ ਬਾਰਬੀਕਿਊ ਦਾ ਕੰਮ ਅਰੇ ਕੀ ਪਕਾ ਕੀ ਰਹੇ ਨੇ ਹਾਥੀ ਤਾਂ ਨਹੀਂ ਪਕਾ ਰਹੇ ਨਹੀਂ ਮੁਰਗੀ ਅੱਛਾ ਮੁਰਗੀ ਕੀ ਨਾਮ ਤੁਹਾਡਾ ਅਦਨਾਨ ਅਦਨਾਨ ਭਾਈ ਆਪਣਾ ਬਹੁਤ ਹੀ ਅੱਛਾ ਕੰਮ ਮਾਸ਼ਾਅੱਲਾ ਤੁਹਾਡਾ ਅਸੀਂ ਦੇਖਿਆ ਵੀ ਸਾਰਾ ਤੇ ਅਸੀਂ ਸਭ ਕੋਲੋਂ ਇੱਕ ਸਵਾਲ ਪੁੱਛ ਰਹੇ ਹਾਂ ਤੇ ਤੁਸੀਂ ਉਹਦਾ ਜਵਾਬ ਮੈਨੂੰ ਲੱਗਦਾ ਦੇ ਸਕਦੇ ਹੋ ਕਿਉਂਕਿ ਤੁਹਾਡਾ ਕੰਮ ਵੀ ਗੋਸ਼ ਦਾ ਹੈ ਠੀਕ ਹੈ ਤੇ ਸ਼ਕਲ ਵੀ ਤੁਹਾਡੀ ਜਿਹੜੀ ਉਹ ਮਿਲਦੀ ਜੁਲਦੀ ਹੈ ਯਾਨੀ ਕਿ ਤੁਸੀਂ ਇਹ ਵੇ ਕਿ ਲੈਗ ਪੀਸ ਬਣਾ ਰਹੇ ਹੋ ਨਾ ਹਾਂ ਤੇ ਇੱਕ ਸਵਾਲ ਹੈ ਕਿ ਹਾਥੀ ਜਿਹੜਾ ਉਹ ਨਹਿਰ 'ਚ ਡਿੱਗ ਗਿਆ ਤੇ ਉਹ ਨਹਿਰ 'ਚੋਂ ਕਿਸ ਤਰ੍ਹਾਂ ਬਾਹਰ ਨਿਕਲੇ ਅੰਕਲ ਮੇਰੇ ਕੋਲ ਪੀਸ ਡਿੱਗੇ ਉਹ ਨਹੀਂ ਅਜੇ ਤੱਕ ਨਿਕਲਿਆ ਅਸਲਾਮ ਵਾਲੇਕਮ ਭਾਜਨ ਵਾਲੇਕਮ ਅਸਲਾਮ ਕੀ ਹਾਲ ਚਾਲ ਹੈ ਭਾਜਨ ਤੁਹਾਡਾ ਅੱਲਾਹ ਦਾ ਸ਼ੁਕਰ ਤੂੰ ਬੜੇ ਸੀਰੀਅਸ ਖੜੇ ਜੇ ਤੇ ਮੈਨੂੰ ਤੁਹਾਡੇ ਤੋਂ ਡਰ ਲੱਗਣ ਦੇ ਮੈਂ ਕਿਹੜਾ ਤਲਵਾਰ ਫੜੀ ਆ ਦੇਖਿਆ ਇਹ ਜੇ ਖਾਸੀ ਹੈ ਸਾਡੇ ਫੈਸਲਾਬਾਦ ਦੀ ਕਿ ਤਲਵਾਰ ਫੜੀ ਇੱਥੋਂ ਅੱਛਾ ਤੁਸੀਂ ਕੰਮ ਕੀ ਕਰਦੇ ਜੇ ਪਾਨਾਂ ਦੀ ਦੁਕਾਨ ਪਾਨਾਂ ਦੀ ਦੁਕਾਨ ਤੇ ਕਿਸ ਕਿਸਮ ਦਾ ਪਾਨ ਲਾਂਦੇ ਹਰ ਕਿਸਮ ਦਾ ਮਤਲਬ ਮਿੱਠਾ ਲੂਣਾ ਪਾਨ ਵੀ ਲਾ ਲੈਂਦੇ ਹਾਂਜੀ ਲੁੱਡੀ ਵਾਲਾ ਵੀ ਲਾ ਲੈਂਦੇ ਨਹੀਂ ਮਤਲਬ ਲੂਣਾ ਪਾਨ ਲਾ ਲੈਂਦੇ ਮੈਂ ਕਿਹਾ ਹਾਂਜੀ ਭਾਈ ਉਹ ਕਿਸ ਤਰ੍ਹਾਂ ਲਾਉਂਦੇ ਜੀ ਮਤਲਬ ਉਹਦਾ ਜੀ ਤਾਂ ਲੂਣੇ ਵਾਲਿਆਂ ਨੂੰ ਬੁਲਾ ਲਈ ਵਾਹ 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 ਤੇ ਭਾਜਨ ਸਮਝਦਾਰ ਤੇ ਮਾਸ਼ਾਅੱਲਾ ਤੁਹਾਡੀ ਫਿਜ਼ੀਕ ਤੋਂ ਹੀ ਤੁਸੀਂ ਮਤਲਬ ਲੱਗ ਰਹੇ ਹੋ ਪੂਰੇ ਸਮਝਦਾਰ ਤੇ ਆਪਣੇ ਆਪ ਨੂੰ ਤੁਸੀਂ ਕਿੰਨਾ ਕੁ ਸਮਝਦਾਰ ਸਮਝਦੇ ਹੋ ਯਾਨੀ ਕਿ ਹੁੰਦਾ ਨਾ
100% जो मैं कहना यार मैं 80% मैं समझदार हूं तुसी अपने आप नु कितना समझदार समझदे मैं 100% अच्छा वाह जी वाह 100% ही अपने आप नु समझदे एक छोटा जिहा तुहाडे कोलों असी सवाल करना और उहदा तुसी जवाब देना जे और जवाब ही हुण 100% ना होया ते फिर मजा नहीं तुसी सिर्फ मैनूं इन्ना दसना कि ऐसी किहड़ी चीज़ है जिहड़ी धुप्प दे विच सुकदी नहीं बंदा ही नहीं सुकदा जी बस नहीं नहीं बंदा नहीं कोई होर चीज़ दसो ना यह तो थोड़ा जवाब जिहड़ा वो गलत है जिते जिते सही नाजरीन जवाब होएगा उत्थे मैं तुहानू खुद दस देना कि हाँ भाई ए इन्होंने सही तुसी सोच के जवाब देना इन्नी जल्दी नहीं करनी ठीक होगा क्योंकि हाले रश भी कोई नहीं है तो तुसी ईजी बैठो दसो किहड़ी ऐसी चीज़ है जिहड़ी धुप्प च सुकदी नहीं भाई तुसी बोती पाएंगे आप ही सुक गए मैं तो तुहानू सवाल पूछने बंदे दी जबान नहीं सुकदी तुपे वाह 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 क्या कहने बिल्कुल गलत जवाब तुहाडा शायद भाई तुहाडे को एक छोटा जिहा सवाल पूछना कि ऐसी किहड़ी चीज़ है जिहड़ी धुप्प दे विच सुकदी नहीं धुप्प च सुकदी नहीं मतलब इन्ना सोच के तो ये जवाब देता चलो एक होर गल दसो कि एक हाथी है तो वह डिग पे नहर दे विच तो नहर चो किस तरह बाहर निकलेगा किसी मशीन ना निकलेगा सारी बाबा सिलाई मशीन ना निकले नहीं सिलाई ना नहीं कंटेनर ना निकलेगा बाहर कंटेनर ना यार बंदा कही जान दे मतलब कोई होर भी कोई उपाय होंदा ना कोई होर भी चीज होंदी कि बंदा कढ़ सकदा नु जे लत्तां चार बंदे खिचण गए तो बाहर आ जाए बंदे दा काम नहीं हैगा ये किन्ने बंदे दा काम होते बंदे दा काम अच्छा जी बहुते बंदे दा काम चलो जी शायद भाई तुहाडी बड़ी मेहरबानी तुसी जवाब गलत दित्ता